वादा माफ गवाह भी जिहड़े ने उन्हां दे नाल जिन्हां ने काम कीता उह बड़े होए ने उह मौजूद ने, बाकी भी गवाह हैगे ने। 302 दा मुकदमा भी जिहड़ा इस ते हैगा है, पर फिर भी जिहड़ा है उन्हां दी गिरफ्तारी नहीं हो रही। सिद्धी जी गल है, ये मैनेज हो रहा है ते ये वड्डे लेवल तो मैनेज हो रहा है, ये ना केवल सुप्रीम कोर्ट तो मैनेज हो रहा है, होम मिनिस्ट्री तो भी मैनेज हो रहा है। ਉਹ ਜੇ ਭਾਵੇਂ ਕੋਈ 5 ਸਾਲ ਦਾ ਬੱਚਾ ਮਾਰ ਦਿੱਤਾ ਜਾਂ ਕਿਸੇ ਦੇ ਪਿੰਡ 'ਚ ਕਿਸੇ ਪੂਰਾ ਪਰਿਵਾਰ ਮਾਰ ਦਿੱਤਾ, ਉਹ ਦੇਸ਼ ਹਿੱਤ 'ਚ ਸੀ ਕਿ ਇਹ ਸਿਸਟਮ ਜਿਹੜਾ ਇੱਕ ਬਾਇਸ ਹੋ ਕੇ ਚੱਲਦਾ ਆ, ਤੇ ਸੁਮੇਧ ਸੈਣੀ ਦਾ ਕੇਸ ਵੀ ਉਹਦੇ ਵਿੱਚ ਹੀ ਸਾਹਮਣੇ ਆਉਂਦਾ ਹੈ, ਕਿਉਂਕਿ ਉਹ ਇਹ ਸੋਚਦੇ ਨੇ ਕਿ ਕੱਲ੍ਹ ਨੂੰ ਫੇਰ ਜੇ ਅਸੀਂ ਪੁਲਿਸ ਦਾ ਇਸਤੇਮਾਲ ਗਲਤ ਕਰਨਾ ਹੋਇਆ। ਜੇ ਆਪਾਂ ਹੁਣ ਗੱਲਬਾਤ ਕਰੀਏ ਸੁਮੇਧ ਸਿੰਘ ਸੈਣੀ ਹੋਣਾ ਦੇ ਕੇਸ ਬਾਰੇ, ਉਹਨਾਂ ਦੀ ਵੀ ਜਿਹੜੀ ਐਂਟੀਸਪੈਟਰੀ ਜਿਹੜੀ ਬੇਲ ਹੈਗੀ ਸੀ ਉਹਦੀ ਜਿਹੜੀ ਐਪਲੀਕੇਸ਼ਨ ਹੈ ਉੱਤੇ ਜਿਹੜੀ ਡਿਸਕਸ਼ਨ ਹੈ ਉਹ ਸੁਪਰੀਮ ਕੋਰਟ ਨੇ ਹੋਲਡ ਕੀਤੀ ਹੋਈ ਹੈ। ਪਿਛਲੇ ਦਿਨੀ ਜਿਹੜੀ ਸੁਣਵਾਈ ਹੋਈ, ਦੋਨਾਂ ਜੇ ਆਪਾਂ ਕਹੀਏ ਕਿ ਵਕੀਲਾਂ ਦੀ ਬਹਿਸ ਵੀ ਹੋਈ, ਔਰ ਬੜਾ ਜੇ ਆਪਾਂ ਦੇਖੀਏ ਕਿ ਇਸ ਕੇਸ ਦੇ ਵਿੱਚ ਸਾਰਾ ਕੁਛ ਮੌਜੂਦ ਹੈ, ਵਾਅਦਾ ਮਾਫ ਗਵਾਹ ਵੀ ਜਿਹੜੇ ਨੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਉਹ ਬਣੇ ਹੋਏ ਨੇ, ਉਹ ਮੌਜੂਦ ਨੇ, ਬਾਕੀ ਵੀ ਗਵਾਹ ਹੈਗੇ ਨੇ। 302 ਦਾ ਮੁਕਦਮਾ ਵੀ ਜਿਹੜਾ ਇਸ ਤੇ ਹੈਗਾ ਹੈ, ਪਰ ਫਿਰ ਵੀ ਜਿਹੜਾ ਹੈ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ। ਜਰਨੈਲ ਸਿੰਘ ਜੀ, ਕੀ ਕਹੋਗੇ ਤੁਸੀਂ ਇਸ ਕੇਸ ਬਾਰੇ? ਦੇਖੋ ਇਹਦੇ ਚ ਗੱਲ ਕਿਹੜੀ ਹੈ ਕਿ ਇਹਦੇ ਚ ਮੈਨੇਜ ਹੋ ਰਿਹਾ, ਸਿੱਧੀ ਜੀ ਗੱਲ ਹੈ, ਇਹ ਮੈਨੇਜ ਹੋ ਰਿਹਾ ਤੇ ਇਹ ਵੱਡੇ ਲੈਵਲ ਤੋਂ ਮੈਨੇਜ ਹੋ ਰਿਹਾ, ਇਹ ਨਾ ਕੇਵਲ ਸੁਪਰੀਮ ਕੋਰਟ ਤੋਂ ਮੈਨੇਜ ਹੋ ਰਿਹਾ, ਹੋਮ ਮਿਨਿਸਟਰੀ ਤੋਂ ਵੀ ਮੈਨੇਜ ਹੋ ਰਿਹਾ, ਕਿਉਂਕਿ ਇਹ ਮੰਨ ਲਿਆ ਗਿਆ ਹੈ ਕਿ ਜਿਹੜੇ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਉਸ ਵੇਲੇ ਹਿਊਮਨ ਰਾਈਟ ਵਾਇਲੇਸ਼ਨਸ ਕੀਤੀਆਂ, ਭਾਵੇਂ ਨਿਰਦੋਸ਼ਾਂ ਨੂੰ ਮਾਰ ਦਿੱਤਾ, ਉਹ ਸਾਰਾ ਰਾਸ਼ਟਰ ਹਿੱਤ ਚ ਸੀ। ਉਹ ਜੇ ਭਾਵੇਂ ਕੋਈ 5 ਸਾਲ ਦਾ ਬੱਚਾ ਮਾਰ ਦਿੱਤਾ ਜਾਂ ਕਿਸੇ ਦੇ ਪਿੰਡ 'ਚ ਕਿਸੇ ਪੂਰਾ ਪਰਿਵਾਰ ਮਾਰ ਦਿੱਤਾ, ਉਹ ਦੇਸ਼ ਹਿੱਤ 'ਚ ਸੀ। ਤੇ ਜੇ ਕਿਸੇ ਹੋਰ ਨੂੰ ਕੁਝ ਤੱਤੀ ਹਵਾ ਲੱਗ ਗਈ ਤੇ ਫਿਰ ਉਹਨੂੰ ਜਿਹੜਾ ਆ ਬਿਨਾਂ ਕੇਸ ਦੇ ਵੀ, ਜਾਂ ਮਤਲਬ ਉਹਦੇ ਤੇ ਕੋਈ ਕੇਸ ਨਹੀਂ ਵੀ ਬਣਦਾ ਤੇ 25-25 ਸਾਲ ਜੇਲ੍ਹ 'ਚ ਰਹੇਗਾ, ਤੇ ਹੈਗੇ ਆ 27-27 ਸਾਲ ਵੀ ਹੋ ਗਏ ਜੇਲ੍ਹਾਂ 'ਚ ਬੰਦ ਨੇ, ਤੇ ਉਹਨੂੰ ਉਹਦੇ ਕੋਈ ਕੇਸ ਅਜੇ ਤੱਕ ਪ੍ਰੂਵ ਨਹੀਂ ਹੋਇਆ। ਤੇ ਇਹ ਜਿਹੜਾ ਆ ਇੱਕ ਨੀਤੀ ਸਾਫ਼ ਸਾਫ਼ ਦਰਸਾਉਣ ਦੀ ਹੈ ਕਿ ਬਈ ਸੁਮੇਧ ਸੈਣੀ ਕਿਉਂ ਕਿਹਾ, ਜਿੱਦਾਂ KPS ਗਿੱਲ ਨੇ ਕੀਤਾ, KPS ਗਿੱਲ ਹਰ ਕੇਸ ਚੋਂ ਬਚਦਾ ਰਿਹਾ, KPS ਗਿੱਲ ਦੇ ਉੱਤੇ ਸਿੱਧੇ ਸਿੱਧੇ ਮਸਲੇ ਬਣਦੇ ਸੀ ਪਰ ਉਹਨੂੰ ਨਹੀਂ ਹੋਇਆ, ਉਹਨੂੰ ਉਹਦੇ ਵਿੱਚੋਂ ਜਿਹੜੀ ਆਪਣਾ ਉਹ ਬੀਬੀ ਵਾਲਾ ਜਿਹੜਾ ਆਪਣਾ ਰੂਪਨ ਦਿਓਲ ਬਜਾਜ ਵਾਲਾ ਕੇਸ ਵਿੱਚ ਉਹਦੇ 'ਚ ਕੀ ਹੋ ਗਿਆ ਜੀ, ਬਹੁਤਾ ਉਹਨੂੰ ਕੋਈ ਤੱਤੀ ਬਣ ਲੱਗੀ, ਇੱਕ ਦਿਨ ਵੀ ਉਹ ਜੇਲ੍ਹ ਨਹੀਂ ਗਿਆ, ਉਹਦੀ ਕੋਈ ਇੰਟਰੋਗੇਸ਼ਨ ਨਹੀਂ ਹੋਈ। ਪਰ ਇਹਦੇ 'ਚ ਹੁਣ ਤੁਸੀਂ ਸੁਮੇਧ ਸੈਣੀ ਵਾਲਾ ਮਸਲਾ ਵੀ ਲੈ ਲਵੋ ਤੇ ਇਹਦੇ ਵਿੱਚ ਸਭ ਕੁਝ ਸਾਬਤ ਹੈ ਪਰ ਉਹਦੇ 'ਚ ਕੋਈ ਮਸਲਾ ਨਹੀਂ ਹੋ ਰਿਹਾ। ਮੈਂ ਇਹ ਕਹਿੰਦਾ ਕਿ ਜਿਹੜੀ ਖਾਲੜਾ ਸਾਹਿਬ ਨੇ ਜਿਹੜੀਆਂ ਲਾਪਤਾ ਲਾਸ਼ਾਂ ਵਾਲੀ ਗੱਲ ਕੀਤੀ ਸੀ, ਉਹ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਵੀ ਉਸਨੂੰ ਸਹੀ ਮੰਨਿਆ ਹਿੰਦੁਸਤਾਨ ਦੇ, ਪਰ ਉਸ ਨੇ ਇਹ ਤਾਂ ਮੰਨ ਲਿਆ ਕਿ ਵੀ ਇਹ ਜਿਹੜੀਆਂ ਨੇ ਇਹ ਕਤਲ ਜਿਹੜੇ ਨੇ ਵਿਦੋਸ਼ੀਆਂ ਦੇ ਹੋਏ ਤੇ ਇਹਨਾਂ ਨੂੰ ਮੁਆਵਜ਼ਾ ਵੀ ਕੁਝ ਨਾ ਕੁਝ ਦਿੱਤਾ ਜਾਵੇ, ਇਹ ਮੰਨ ਲਿਆ। ਜਾਂ ਤੁਸੀਂ ਇਹ ਮੰਨ ਲਿਆ ਮੁਆਵਜ਼ਾ ਦੇਣਾ, ਜਾਂ ਤੁਸੀਂ ਇਹ ਮੰਨ ਲਿਆ ਕਿ ਇਹ ਬੇਦੋਸ਼ੇ ਕਤਲ ਹੋਏ, ਪਰ ਉਹਨੇ ਇਹ ਨਹੀਂ ਕਿਹਾ ਕਿ ਜਿਹੜੇ ਕਤਲ ਹੋਏ ਉਹਦੇ ਵਿੱਚ ਸਾਰਿਆਂ ਦੇ ਉੱਤੇ ਕੇਸ ਲਾਏ ਜਾਣ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਤਾਂ ਹੋਣੀ ਚਾਹੀਦੀ ਹੈ ਨਾ, ਉਹ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ? ਤੇ ਇਸ ਕਰਕੇ ਉਹ ਜਿਹੜਾ ਆ ਕਿ ਇਹ ਸਿਸਟਮ ਜਿਹੜਾ ਇੱਕ ਬਾਇਸ ਹੋ ਕੇ ਚੱਲਦਾ ਆ, ਤੇ ਸੁਮੇਧ ਸੈਣੀ ਦਾ ਕੇਸ ਵੀ ਉਹਦੇ ਵਿੱਚ ਹੀ ਸਾਹਮਣੇ ਆਉਂਦਾ ਹੈ ਤੇ ਕਿ ਬਈ ਜੋ ਤੁਸੀਂ ਕੀਤਾ ਉਹ ਫਿਰ ਰਾਸ਼ਟਰ ਹਿੱਤ ਸੀ, ਕਿਉਂਕਿ ਉਹ ਇਹ ਸੋਚਦੇ ਨੇ ਕਿ ਕੱਲ ਨੂੰ ਫੇਰ ਜੇ ਅਸੀਂ ਪੁਲਿਸ ਦਾ ਇਸਤੇਮਾਲ ਗਲਤ ਕਰਨਾ ਹੋਇਆ, ਜੇ ਕੱਲ ਨੂੰ ਅਸੀਂ ਫੋਰਸ ਦਾ ਗਲਤ ਇਸਤੇਮਾਲ ਕਰਨਾ ਹੋਇਆ, ਹੁਣ ਇੱਥੇ ਉਵੇਂ ਤਾਂ ਨਹੀਂ ਨਾ ਜਿੱਦਾਂ ਆਸਟ੍ਰੇਲੀਆ ਦੇ ਡਿਫੈਂਸ ਮਿਨਿਸਟਰ ਨੇ ਕੱਲ ਇਹ ਗੱਲ ਕਹੀ ਹੈ ਕਿ ਅਫਗਾਨਿਸਤਾਨ ਦੇ ਵਿੱਚ 39 ਸਿਵਿਲੀਅਨ ਤੇ ਜਿਹੜੇ ਉਹਨਾਂ ਦੇ ਕੋਲ ਬੰਦੀ ਸੀ ਉਹਨਾਂ ਨੂੰ ਸਾਡੀ ਫੌਜ ਨੇ ਗਲਤ ਢੰਗ ਨਾਲ ਮਾਰ ਦਿੱਤਾ ਤੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ, ਤੇ ਉਹਦੇ ਵਿੱਚ ਉਹ ਡਿਫੈਂਸ ਮਿਨਿਸਟਰ ਆਪ ਆ ਕੇ ਕਹਿੰਦਾ, ਕਿਉਂਕਿ ਉਹ ਚਾਹੁੰਦੇ ਨੇ ਕਿ ਦੁਬਾਰਾ ਇਹੋ ਜਿਹੀ ਘਟਨਾ ਨਾ ਹੋਵੇ। ਪਰ ਇੱਥੇ ਜੇ ਇਹਨਾਂ ਨੂੰ ਬਚਾਇਆ ਜਾਂਦਾ, ਜੇ ਇੱਥੇ ਬਚਾਇਆ ਜਾਂਦਾ DGP ਨੂੰ, ਤੇ ਇਹਦਾ ਮਤਲਬ ਹੈ ਕਿ ਉਹ ਚਾਹੁੰਦੇ ਨੇ ਕੱਲ ਨੂੰ ਫੇਰ ਸਾਨੂੰ ਜੇ ਪੁਲਿਸ ਦਾ ਜਾਂ DGP ਦਾ ਜਾਂ ਪੁਲਿਸ ਦੇ ਅਫਸਰਾਂ ਦਾ ਇਸਤੇਮਾਲ ਕਰਨਾ ਪਿਆ ਤੇ ਅਸੀਂ ਕਰਨਾ। ਤੇ ਜੇ ਇਹ ਮਨਸ਼ਾ ਹੋਵੇ ਕਿ ਇਹ ਕੰਮ ਨਹੀਂ ਹੋਣੇ ਚਾਹੀਦੇ, ਤੇ ਫਿਰ ਇਹ ਹੋਣਾ ਚਾਹੀਦਾ ਕਿ ਇਹਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਏ ਕਿ ਕੋਈ ਦੁਬਾਰਾ ਇਹੋ ਜਿਹਾ ਕੰਮ ਨਾ ਕਰੇ। ਤੇ ਇਹਦੇ ਤੋਂ ਜਿਹੜਾ ਇਹ ਜਿਹੜਾ ਨਾ ਐਕਟ, ਇਹਦੀ ਮਨਸ਼ਾ ਸਾਹਮਣੇ ਆ ਜਾਂਦੀ ਜੀ, ਬਿਲਕੁਲ ਜੀ। ਔਰ ਜੇ ਆਪਾਂ ਕਹੀਏ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੁੰਦੇ ਨੇ ਆਪਣੇ ਆਪ ਦੇ ਵਿੱਚ ਜੁਡੀਸ਼ਰੀ ਦਾ ਜਿਹੜਾ ਸਹੀ ਚਿਹਰਾ ਹੈਗਾ ਉਹ ਸਾਹਮਣੇ ਲਿਆ ਦਿੰਦੇ ਨੇ, ਭਾਵੇਂ ਅਸੀਂ ਜਿੰਨਾ ਮਰਜ਼ੀ ਕਹੀ ਜਾਏ ਕਿ ਉੱਥੇ ਅਦਾਲਤਾਂ ਨੇ, ਸੁਪਰੀਮ ਕੋਰਟ ਨੇ, ਪਰ ਜਦੋਂ ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਉਂਦੇ ਨੇ, ਔਰ ਫਿਰ ਦੂਸਰੇ ਬੰਨੇ ਜਿਹੜੇ ਅਰਨਬ ਗੋਸਵਾਮੀ ਵਰਗੇ ਕੇਸਿਸ ਵੀ ਸਾਹਮਣੇ ਆਉਂਦੇ ਨੇ
ਕਿ ਉਹਨਾਂ ਦੀ ਤੇ ਜ਼ਮਾਨਤ ਵੀ ਜਲਦੀ ਹੋ ਜਾਂਦੀ ਹੈ, ਸੁਣਵਾਈਆਂ ਵੀ ਜਲਦੀ ਹੋ ਜਾਂਦੀਆਂ ਨੇ, ਭਾਵੇਂ ਕਿ ਜਿਹੜਾ ਹੈ। ਔਰ ਦੂਸਰੇ ਬੰਨੇ ਜਦੋਂ ਆਪਾਂ ਇਧਰਲੀ ਗੱਲ ਕਰਦੇ ਹਾਂ ਤੇ ਕਿੰਨੇ ਕਿੰਨੇ ਸਿੰਘ, ਚਾਹੇ ਉਹ ਪ੍ਰੋਫੈਸਰ ਦਰਵਿੰਦਪਾਲ ਸਿੰਘ ਭੁੱਲਰ ਹੋਣ, ਕਿੰਨੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ, ਹੋਰ ਵੀ ਬਹੁਤ ਸਾਰੇ ਸਿੰਘ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਮੌਜੂਦ ਨੇ, ਉਹਨਾਂ ਦੀ ਰਿਹਾਈ ਨਹੀਂ ਹੁੰਦੀ, ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ। ਪਰ ਦੂਸਰੇ ਬੰਨੇ ਜਦੋਂ ਇਦਾਂ ਦੇ ਕੇਸਿਸ ਹੁੰਦੇ ਨੇ ਤੇ ਇਹ ਸਾਰਾ ਕੁਝ ਸੱਚ ਸਾਹਮਣੇ ਰੱਖ ਦਿੰਦੇ ਨੇ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਝਾਰਖੰਡ ਦੀ। ਝਾਰਖੰਡ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਸਰਨ ਆਦਿਵਾਸੀ ਨੂੰ ਧਰਮ ਦੇ ਕਾਲਮ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ, ਜਿਹੜੀ ਆਉਣ ਵਾਲੀ ਸੈਂਸਿਸ ਉੱਥੇ ਹੋਵੇਗੀ। ਜਰਨੈਲ ਸਿੰਘ ਜੀ ਕੀ ਕਹੋਗੇ ਇਸ ਦੇ ਵਿੱਚ, ਕੌਣ ਹਨ ਇਹ ਲੋਕ ਤੇ ਇਹਨਾਂ ਨੂੰ ਵੱਖਰੀ ਜਗ੍ਹਾ ਕਿਉਂ ਦਿੱਤੀ ਗਈ? ਦੇਖੋ, ਇਹ ਹੋ ਸਕਦਾ ਸਾਡੇ ਜਿਹੜੇ ਪੰਜਾਬੀ ਵਿਊਅਰਸ ਨੇ ਉਹਨਾਂ ਵਾਸਤੇ ਇੱਕ ਹੈਰਾਨੀ ਵਾਲੀ ਗੱਲ ਹੋਵੇ, ਤੇ ਕਿਉਂਕਿ ਮੈਂ ਇਸ ਨੂੰ ਛੋਟੀ ਜਿਹੀ ਘਟਨਾ ਨੂੰ ਜ਼ਰੂਰ ਲਿਆ, ਕਿਉਂਕਿ ਝਾਰਖੰਡ ਦੇ ਵਿੱਚ ਹੇਮੰਤ ਸੋਰੇਨ ਜਿਹੜਾ ਚੀਫ ਮਿਨਿਸਟਰ ਹੈ, ਜੋ ਕਿ ਸ਼ਿਬੂ ਸੋਰੇਨ ਦਾ ਹੁੰਦਾ ਆ, ਝਾਰਖੰਡ ਮੁਕਤੀ ਮੋਰਚਾ ਪਾਰਟੀ ਦਾ, ਉਹ ਇੱਕ ਰੈਜ਼ੋਲੂਸ਼ਨ ਲੈ ਕੇ ਆਇਆ ਕਿ ਜਿਹੜੇ ਸਾਡੇ ਆਦਿਵਾਸੀ ਨੇ, ਜਿਹੜੇ ਆਦਿਵਾਸੀ ਨੇ ਉਹ ਕਹਿੰਦੇ ਰਹੇ ਨੇ ਬੜੇ ਸਮੇਂ ਤੋਂ ਕਿ ਸਾਡਾ ਕੋਈ ਧਰਮ ਨਹੀਂ ਹੈ, ਸਾਡਾ ਵੱਖਰਾ ਧਰਮ, ਅਸੀਂ ਹਿੰਦੂ ਧਰਮ ਦੇ ਵਿੱਚ ਨਹੀਂ ਆਉਂਦੇ, ਸਾਨੂੰ ਹਿੰਦੂ ਧਰਮ ਦੇ ਵਿੱਚ ਰਲ ਗੱਡ ਨਾ ਕਰੋ, ਸਾਨੂੰ ਜਦੋਂ ਜਿਹੜਾ ਪਾਪੂਲੇਸ਼ਨ ਦੀ ਸੈਂਸਸ ਵੀ ਹੁੰਦਾ ਹੈ, ਜਨਸੰਖਿਆ ਦੀ ਗਿਣਤੀ ਵੀ ਹੁੰਦੀ ਹੈ, ਸਾਡਾ ਵੱਖਰਾ, ਜਿੱਦਾਂ ਸਾਡੇ ਸਿੱਖ ਜਿਹੜੇ ਹੈ ਉਹ ਯੂਕੇ ਦੇ ਵਿੱਚ ਬਾਹਰ ਦੇ ਕਹਿ ਰਹੇ ਨੇ ਕਿ ਸਾਨੂੰ ਏਸ਼ੀਅਨ 'ਚ ਨਾ ਰੱਖੋ, ਹਿੰਦੂ 'ਚ ਨਾ ਰੱਖੋ, ਸਿੱਖ ਦਾ ਅਲੱਗ ਕੌਲਮ ਬਣਾਓ। ਤੇ ਇਹ ਜਿਹੜਾ ਰੈਜ਼ੋਲੂਸ਼ਨ ਹੈ ਉਸ ਝਾਰਖੰਡ ਦੇ ਵਿੱਚ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਹੈ ਕਿ ਸਰਨਾ ਆਦਿਵਾਸੀ ਧਰਮ ਕਰਕੇ ਅਲੱਗ ਕੌਲਮ ਹੋਣਾ ਚਾਹੀਦਾ ਹੈ। ਕਿ ਅਜੇ ਸੈਂਟਰ ਗੌਰਮੈਂਟ ਮੰਨੇਗੀ ਨਹੀਂ ਮੰਨੇਗੀ ਇਹ ਨਹੀਂ, ਪਰ ਗੱਲ ਇਹ ਹੈ ਕਿ ਇਹ ਪ੍ਰੈਸ਼ਰ ਜਿਹੜਾ ਆਦਿਵਾਸੀਆਂ ਦਾ ਇੰਨਾ ਆ ਕਿ ਬੀਜੇਪੀ ਦੇ ਮੈਂਬਰ ਵੀ ਜਿਹੜੇ ਉੱਥੇ ਨੇ ਉਹਨਾਂ ਨੂੰ ਇਸ ਮਤੇ ਦੇ ਹੱਕ ਦੇ ਵਿੱਚ ਵੋਟ ਪਾਉਣੀ ਪਈ ਆ, ਵੋਟ ਪਾਉਣੀ ਪਈ ਆ। ਇਹ ਤੋਂ ਪਤਾ ਲੱਗਦਾ ਕਿ ਮੈਜੋਰਿਟੀ ਕੰਮ ਕਰਦੀ ਹੈ, ਜੇ ਤੁਹਾਡੇ ਕੋਲ ਮੈਜੋਰਿਟੀ ਹੋਵੇ ਤੇ ਉਹਨਾਂ ਨੂੰ ਵੀ ਕਰਨਾ ਪੈਂਦਾ। ਵੈਸੇ ਉਹਨਾਂ ਨੇ ਕੋਈ ਨਾ ਕੋਈ ਇਤਰਾਜ਼ ਵਿੱਚ ਲਗਾਏ ਸੀ ਵੀ ਇਹ ਨਾ ਹੋਵੇ ਗੱਲ, ਤੇ ਉਹਦੇ ਵਿੱਚ ਉਹ ਚਾਹੁੰਦੇ ਨੇ ਕਿ ਹੋਰ ਆਦਿਵਾਸੀਆਂ ਦੀ ਜਨਸੰਖਿਆ ਜਿਹੜੀ ਹੈ ਉਹ ਭਾਰਤ ਵਿੱਚ ਬਹੁਤ ਹੈ, ਘੱਟ ਨਹੀਂ ਹੈ। ਤੇ ਜੇ ਉਹ ਕਹਿੰਦੇ ਨੇ ਵੀ ਅਸੀਂ ਆਦਿਵਾਸੀ ਹਾਂ, ਸਾਡਾ ਇਹ ਤੁਹਾਡੀ ਜਿਹੜੀ ਪੂਜਾ ਪੱਧਤੀ ਉਹਦੇ ਨਾਲ ਨਹੀਂ ਹੈ, ਤੇ ਇਹ ਬੜਾ ਸਿਗਨੀਫੀਕੈਂਟ ਹੈ। ਤੇ ਹੁਣ ਇਹਦੇ ਵਿੱਚ ਅੱਗੇ ਸੈਂਟਰ ਗੌਰਮੈਂਟ ਮੰਨੇਗੀ ਲੱਗਦਾ ਜਾਂ ਨਹੀਂ ਲੱਗਦਾ, ਪਰ ਉਹਨਾਂ ਨੇ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਆ। ਤੇ ਮੈਨੂੰ, ਪਰ ਮੈਂ ਇੱਕ ਗੱਲ ਕਹਿਣਾ ਕਿ ਉਹਨਾਂ ਨੂੰ ਕੋਈ ਵੀ ਇਹ ਨਹੀਂ ਕਹਿ ਰਿਹਾ ਤੁਸੀਂ ਦੇਸ਼ ਦਰੋਹੀ ਹੋ, ਉਹਨਾਂ ਨੂੰ ਕੋਈ ਹੋਰ ਉਹੋ ਜਿਹੀ ਗੱਲ ਨਹੀਂ ਕਰ ਰਹੇ, ਪਰ ਜਦੋਂ ਸਿੱਖ ਆਪਣੀ ਗੱਲ ਕਰਦੇ ਨੇ ਜਾਂ ਕਹਿੰਦੇ ਸਾਡੀ ਵੱਖਰੀ ਕੌਮ ਹੈ, ਉਦੋਂ ਇਹ ਕਹਿੰਦੇ ਕਿ ਵੀ ਇਹ ਤਾਂ ਜਿਹੜੇ ਆ ਦੇਸ਼ ਦਰੋਹੀ ਆ, ਇਹ ਤਾਂ ਜਿਹੜੇ ਆ ਪਤਾ ਨੀ ਕੀ ਇੱਥੇ ਅੱਗ ਲਾਉਣ ਲੱਗੇ ਵੱਖਵਾਦੀ ਆ। ਤੇ ਮੈਂ ਉਸ ਚੀਜ਼ ਨੂੰ ਉੱਥੋਂ ਲੈ ਕੇ ਆਉਣਾ ਚਾਹੁੰਦਾ ਸੀ ਕਿ ਵੀ ਉਹਨਾਂ ਨੇ ਵੀ ਤਾਂ ਇਹ ਕੰਮ ਕੀਤਾ। ਬਿਲਕੁਲ ਬਿਲਕੁਲ, ਔਰ ਜ਼ਰੂਰ ਆਪਾਂ ਕਹੀਏ ਕਿ ਕਿਤੇ ਨਾ ਕਿਤੇ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਉਹ ਸਾਨੂੰ ਕੋਈ ਨਾ ਕੋਈ ਸਿੱਖ ਦੇ ਜਾਂਦੀਆਂ ਨੇ, ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ। ਕਿਉਂਕਿ ਜੇ ਇਹ ਲੋਕ ਕਰਦੇ ਨੇ ਤੇ ਇਹਨਾਂ ਨੇ, ਇਹਨਾਂ ਨੂੰ ਕੋਈ ਕੁਛ ਨਹੀਂ ਕਹਿ ਰਿਹਾ। ਔਰ ਸੋਚਣ ਵਾਲੀ ਗੱਲ ਇਹ ਕਿ ਕਿਉਂ ਨਹੀਂ ਕਹਿ ਰਿਹਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਮੈਜੋਰਿਟੀ ਸ਼ੋਅ ਕੀਤੀ ਹੋਏਗੀ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਏਕਾ ਸ਼ੋਅ ਕੀਤਾ ਹੋਏਗਾ, ਕਿ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਵਰਤਦੀਆਂ ਆ ਰਹੀਆਂ ਸਨ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੂੰ ਕਹਿਣਾ ਪਿਆ, ਉਹਨਾਂ ਨੂੰ ਵੀ ਇਹ ਜਗ੍ਹਾ ਜਿਹੜੀ ਦੇਣੀ ਪਈ। ਹਾਂ, ਅੱਗੇ ਜਾ ਕੇ ਕੇਸ ਦੇ ਵਿੱਚ ਕੀ ਹੁੰਦਾ ਇਹਦੇ ਬਾਰੇ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ।